ਸੱਚੀ ਗੱਲ ਦੀ ਸਾਰਿਆਂ ਨੂੰ ਦਿੰਦੇ ਸ਼ੁਭਕਾਮਨਾਵਾਂ ਹੋਵੇ ਵੈਂਗ ਦਿਨਾਂ ਸਭ ਤੋਂ ਪਹਿਲਾਂ ਸੈਜ ਨੇ ਆਪਣਾ weight ਕੀਤਾ ਉਹਦਾ weight 23.5 kg ਆ ਮਿੰਤੇ ਹਾਸਾ ਨਿਕਲ ਗਿਆ ਉਹਦਾ ਇੰਨਾ ਘੱਟ weight ਵੇਖ ਕੇ ਫਿਰ ਮੈਂ ਪੁੱਜ ਨੂੰ ਆਪਣੀ ਸਾਰੀ ਨਿਊ ਨਿਊ ਡ्रेसेस ਵਿਖਾਈ ਜੋ ਜੋ ਮੈਂ ਲੈ ਕੇ ਆਈ ਸੀ ਆਪਣੇ ਵਾਸਤੇ ਉਸ ਤੋਂ ਬਾਅਦ ਮੈਂ ਲੱਗ ਪੀ ਪੋਪ ਕੌਰਨ ਬਣਾਉਣ ਨੂੰ ਤੇ ਪਹਿਲੀ ਵਾਰ ਬਣਾਈ ਸੀ ਇਸ ਕਰਕੇ ਥੋੜੇ ਬਹੁਤੇ ਸੜ ਗਏ ਬਟ ਕੋਈ ਨਹੀਂ ਬਹੁਤ ਯਮੀ ਬਣੀ ਸੀ ਅਜ ਪੂਜੀ ਹਰਨ ਨੇ ਵੀ ਆਪਣੇ ਘਰ ਵਾਪਸ ਜਾਣਾ ਸੀ ਸਾਡਾ ਬਿਲਕੁਲ دل ਨਹੀਂ ਲੱਗਦਾ ਜਦੋਂ ਵੀ ਉਹ ਘਰ ਜਾਂਦੇ ਨੇ ਸੱਚੀ ਬਿਲਕੁਲ ਵੀ ਨਹੀਂ ਅਸੀਂ ਵੀ NH1 ਜਾਣਾ ਸੀ ਉਹਨਾਂ ਨੇ ਸਾਨੂੰ ਰਸਤੇ ਦੇ ਵਿੱਚ ਜੌਬ ਕਰ ਦਿੱਤਾ ਉਹਦੇ ਸਾਨੂੰ ਸਾਡੇ ਕੁਝ ਸਬਸਕ੍ਰਾਈਬਰਸ ਮਿਲਣੇ ਫੋਟੋਸ ਖਿੱਚਵਾਈਆਂ ਉਸ ਤੋਂ ਬਾਅਦ ਅਸੀਂ ਅਮਰੀਕਨ ਟੂਰਿਸਟ ਅੱਗਏ ਉਹ ਤੋਂ ਫਤਵਾ ਸੀ ਇੱਕ ਸੂਟਕੇਸ ਵੇਖਿਆ ਮੇਰੇ ਕੋਲ ਤੇ ਹੈ ਲੇਕਿਨ ਉਹਦੇ ਕੋਲ ਕੋਈ ਨਹੀਂ ਸੂਟਕੇਸ ਫਿਰ ਰੈਟੇਪ ਤੋਂ ਥੋੜੀ ਬਹੁਤੀ ਸ਼ਾਪਿੰਗ ਕੀਤੀ ਫਿਰ ਸਾਨੂੰ ਉੱਥੇ ਹੋਰ ਸਬਸਕ੍ਰਾਈਬਰਸ ਮਿਲ ਗਏ ਚੈਨਲ ਫੋਟੋਸ ਖਿਚਵਾਈ ਤੇ ਫਿਰ ਸਾਨੂੰ ਰਸਤੇ ਦੇ ਵਿੱਚ ਡਰਿੰਕੀ ਮਾਂ ਮਿਲ ਗਈ ਮੇਰੇ ਕਲਾਸ ਟੀਚਰ ਅਸਤਬਾਦਾ ਸਿਖਾਦਾ ਪਾਸਤਾ ਬਹੁਤ ਯਮੀ ਸੀ ਫਿਰ ਕਰਾਗੀ ਘਾਰੇ ਕੇ ਸਭ ਕੁਝ ਖਾਇਆ ਦਾਦਾ ਦਾਦੀ ਮਾਨੋਂ ਸੀ ਜੋ ਜੋ ਖਰੀਦਿਆ ਫਿਰ ਸੀ ਸੋਗ